ਸੂਬੇ ਦੀ ਸਰਕਾਰ ਦੀ ਜੇ 2.5 ਸਾਲ ਦੀ ਕਾਰਗੁਜ਼ਾਰੀ ਵੇਖੀਏ ਤੇ ਮੈਂ ਕਹਿ ਸਕਦਾ ਕਾਂਗਰਸ ਦੀ ਸਰਕਾਰ ਆਪਦੇ ਹਰ ਵੇਲੇ ਤੋਂ ਭੱਜ ਵੀ ਗਈ ਹੈ ਤੇ ਫੇਰ ਵੀ ਹੋ ਚੁੱਕੀ। ਪਾਰਟੀ ਦਾ ਆਪਣਾ ਵਜੂਦ ਕੋਈ ਰਹਿ ਗਿਆ, ਸਾਰੇ MLA ਉਹਨਾਂ ਦੇ ਭੱਜ ਚੱਲੇ ਆ, ਇਹ ਤਾਂ ਡਰਾਮਾ ਰਚਦੇ ਫਿਰਦੇ ਔਰ ਇਹਨਾਂ ਦੇ ਮੈਨੀਫੈਸਟੋ ਤਾਂ ਕਾਂਗਰਸ ਦੇ ਦਫ਼ਤਰ 'ਚ ਛਪਦੇ ਆ, ਤਾਂ ਇਸ ਲਈ ਕੀ ਉਹਦੇ 'ਚ ਰਹਿ ਗਿਆ, ਇਹਨਾਂ ਬਾਰੇ ਕੀ ਟਿੱਪਣੀ ਕਰਨੀ, ਕੋਈ ਇਹਨਾਂ ਦਾ ਸਿਰ ਪੈਰ ਨਹੀਂ, ਕੋਈ ਅੱਗਾ ਨਹੀਂ, ਕੋਈ ਪਿੱਛਾ ਨਹੀਂ, ਜੋ ਮਰਜ਼ੀ ਕਰੀ ਜਾਂਦੇ। ਜਿਹਦੀ ਸਰਕਾਰ ਨਾ ਬਣਨੀ ਹੋਵੇ ਉਹ ਜਿਹੜਾ ਮਰਜ਼ੀ ਵਾਅਦਾ ਕਰ ਦੇਵੇ, ਔਰ ਜਿਹਦਾ 1 MP ਨਹੀਂ ਬਣ ਰਿਹਾ ਉਹ ਤਾਂ ਜਿੰਨੇ ਮਰਜ਼ੀ ਸਾਰ ਉਹ ਭਾਵੇਂ ਅਸਮਾਨ ਤੋਂ ਤਾਰੇ ਪੁੱਟ ਕੇ ਲਿਆਵੇ। ਇਸ ਲਈ ਉਹਨਾਂ ਬਾਰੇ ਕੀ ਕਰਨਾ, ਜੇ ਕੇਜਰੀਵਾਲ ਸਾਹਿਬ ਦੀ ਦਿੱਲੀ 'ਚ ਸਰਕਾਰ ਚੱਲਦੀ ਆ ਔਰ ਉਹਨਾਂ ਦੀ ਸਰਕਾਰ 'ਤੇ ਲੋਕ ਇੰਨੇ ਔਖੇ ਨੇ ਕਿ ਸਾਹਮਣੇ ਰਿਜ਼ਲਟ ਆ ਜਾਣਾ, MP ਉਹਨਾਂ ਦਾ 1 ਨਹੀਂ ਜਿੱਤਣਾ।